ਨਮਸਕਾਰ, ਮੈਂ ਆਜ਼ਾਦ ਨਿਊਜ਼ ਟੀਵੀ ਤੋਂ ਰਿਪੋਰਟਰ ਜਤਿੰਦਰ ਕੁਮਾਰ। ਅੱਜ ਅਸੀਂ ਪਹੁੰਚੇ ਹਾਂ ਫਿਰ ਦਵਾਰ ਤੋਂ ਮਥੁਰਾ ਕਲੋਨੀ ਵਿੱਚ, ਜਿੱਥੇ ਕਿ ਸੀਵਰੇਜ ਦਾ ਕੰਮ ਹਫ਼ਤੇ ਅਕੋਰਡਿੰਗ GIG ਨੇ ਜੋ ਕਿ ਉਰੇ ਕੰਮ ਕਰ ਰਹੇ ਸਨ, ਉਹਨਾਂ ਨੇ ਹਫ਼ਤੇ ਦਾ ਟਾਈਮ ਲੈ ਕੇ ਇਸ ਕੰਮ ਨੂੰ ਸਟੇ ਕੀਤਾ ਸੀ ਵੀ ਹਫ਼ਤੇ ਦੇ ਵਿੱਚ ਇਸ ਚੀਜ਼ ਨੂੰ ਕਲੀਅਰ ਕੀਤਾ ਜਾਏਗਾ। ਬਟ ਅੱਜ ਫਿਰ ਮਥੁਰਾ ਕਲੋਨੀ 'ਚ ਸਾਨੂੰ ਇੱਕ ਹਫ਼ਤੇ ਬਾਅਦ ਦਵਾਰ ਤੋਂ ਆਉਣਾ ਪਿਆ, ਜਿੱਥੇ ਕਿ ਸੀਵਰੇਜ ਦਾ ਕੰਮ ਰੋਕ ਦਿੱਤਾ ਗਿਆ। ਇਸ ਗਲੀ 'ਚ ਸਪੈਸ਼ਲ ਹੀ ਸੀਵਰੇਜ ਦਾ ਕੰਮ ਰੋਕ ਦਿੱਤਾ ਗਿਆ ਅਤੇ ਇਹ ਗੱਲ ਕਹੀ ਗਈ ਹੈ ਵੀ ਇਸ ਗਲੀ ਵਿੱਚ ਸੀਵਰੇਜ ਦਾ ਕੰਮ ਨਹੀਂ ਹੋਏਗਾ। ਆਓ ਆਪਾਂ ਜਾਣੀਏ ਜਨਤਾ ਦੇ ਵਿਚਾਰ, ਜੋ ਕਿ ਉਰੇ ਕਿ ਬਹੁਤ ਜ਼ਿਆਦਾ ਆਕਰੋਸ਼ ਹੋਏ ਹੋਏ ਨੇ। ਹਾਂਜੀ, ਤੁਸੀਂ ਦੱਸਣਾ ਚਾਹੋਗੇ ਤੁਹਾਡੀ ਗਲੀ 'ਚ ਸੀਵਰੇਜ ਦਾ ਕੰਮ ਕਿਉਂ ਰੋਕਿਆ ਗਿਆ? ਹਾਂਜੀ, ਸਾਡੀ ਗਲੀ 'ਚ ਕਹਿੰਦੇ ਸੀ ਵੀ ਟੈਂਟਰ ਪਏਗਾ ਸੀਵਰੇਜ, ਹੁਣ ਕਹਿੰਦੇ ਵੀ ਇੱਥੇ ਟੈਂਟਰ ਨਹੀਂ ਹੈਗਾ, ਵੀ 15 ਦਿਨਾਂ ਬਾਅਦ ਟੈਂਡਰ। ਹਾਂਜੀ, ਵੀ ਹੁਣ ਕਹਿੰਦੇ ਵੀ ਇੱਧਰ ਪੈਂਦਾ ਨਹੀਂ ਸੀਵਰੇਜ। ਇਹ ਤੁਹਾਨੂੰ ਕਿਸ ਨੇ ਕਿਹਾ? ਇਹ ਠੇਕੇਦਾਰ ਕਹਿ ਰਿਹਾ ਸੀਗਾ। MC ਸਾਹਿਬ ਨੇ ਕਿਹਾ, ਠੇਕੇਦਾਰ ਨੇ ਕਿਹਾ? ਨਾ, ਠੇਕੇਦਾਰ ਨੇ ਕਿਹਾ ਅੱਜ ਸਾਨੂੰ। ਠੇਕੇਦਾਰ ਨੇ ਕਿਹਾ ਵੀ ਤੁਹਾਡੀ ਗਲੀ 'ਚ ਸੀਵਰੇਜ? ਹਾਂਜੀ, ਇੱਧਰ ਕੋਈ ਹੈ ਨਹੀਂ, ਨਰਕ ਪਿਆ ਇੱਧਰ ਨਿਰਾ, ਬੱਚੇ ਸਾਡੇ ਸਾਰੇ ਬਿਮਾਰ ਹੋ ਰਹੇ ਨੇ, ਇੱਧਰ ਦੇਖੋ ਬੁਰਾ ਹਾਲ ਇੱਧਰ ਦਾ, ਨਾ ਪਾਣੀ ਨਾ ਕੋਈ। ਪਾਣੀ ਦੀ ਜਿਹੜੀ ਸਮੱਸਿਆ ਸੀਗੀ ਉਹੀ ਹੈ ਸੋਲਵ ਕਿ ਨਹੀਂ? ਨਹੀਂ, ਸੀਵਰੇਜ ਦੀ ਜ਼ਿਆਦਾ ਸਾਨੂੰ ਸਮੱਸਿਆ ਹੋ ਰਹੀ ਹੈ। ਨਿਰਾ ਗੰਦਾ ਆਹ ਟੈਂਕੀ ਨੂੰ ਉਹਦੀ ਨੂੰ ਕਿੰਨੇ ਸਾਲ ਹੋ ਗਏ ਬਣੀ, 12 ਸਾਲ ਵਾਂਗੂ ਹੋ ਗਿਆ, ਕਹਿੰਦੇ ਕੱਚਿਆਂ 'ਚ, ਹੁਣ ਇਹ ਪੱਕਿਆਂ 'ਚ ਕਰਤੀ ਇਹਨਾਂ ਨੇ। ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਹੋ? ਅਸੀਂ ਇਹੀ ਚਾਹੁੰਦੇ ਸਾਨੂੰ ਸੀਵਰੇਜ ਪਾਣੀ ਚਾਹੀਦੀ ਹੈ ਇੱਥੇ। ਤੇ ਪਾਣੀ ਦੀ ਦਿੱਕਤ? ਪਾਣੀ ਦੀ ਦਿੱਕਤ ਵੀ ਹੈਗੀ ਆ, ਪਾਣੀ ਦੀ ਪਾਈਪਾਂ ਵੀ ਪਈਆਂ ਆ। ਜਾਂ ਸਾਡੇ ਪਹਿਲਾਂ ਇਧਰਲੀ ਸਾਰੀ ਸਾਈਡ ਪਾਣੀ ਦੀਆਂ ਲਾਈਨਾਂ ਪਈਆਂ ਸੀ, ਸਾਨੂੰ ਕਿਹਾ ਗਿਆ ਸੀ ਕਿ ਤੁਹਾਡੇ ਵੀ ਪਾਣੀ ਦੀ ਲਾਈਨ ਆਏਗੀ, ਲੇਕਿਨ ਉਸ ਦੇ ਬਾਵਜੂਦ ਵੀ ਸਾਡੇ ਪਾਣੀ ਦੀ ਲਾਈਨ ਨਹੀਂ ਆਈ। ਅਸੀਂ ਚੁੱਪ ਰਹੇਗੀ, ਚਲੋ ਹਜੇ ਸਰਕਾਰ ਹੈਗੀ ਆਪਣੀ, ਅਸੀਂ ਮੰਗ ਕਰਾਂਗੇ। 10 ਸਾਲ ਅਕਾਲੀਆਂ ਦੀ ਸਰਕਾਰ ਆਈ, ਸਾਡੀ ਕੋਈ ਮੰਗ ਨਹੀਂ ਸੀ, ਸਾਨੂੰ ਅਸੀਂ ਕਦੇ ਕਿਸੇ ਕੋਲ ਨਹੀਂ ਗਏ, ਲੇਕਿਨ ਹੁਣ ਸਾਡੀ ਮੰਗ ਹੈ ਕਿ ਸਾਡਾ ਸੀਵਰੇਜ ਪਵੇ, ਤੇ ਹੁਣ ਸਾਨੂੰ ਕਿਹਾ ਜਾ ਰਿਹਾ ਕਿ ਤੁਹਾਡਾ ਸੀਵਰ ਨਹੀਂ ਪਏਗਾ। ਤੁਸੀਂ ਇਸ ਬਾਰੇ ਵਿੱਚ MC ਸਾਹਿਬ ਨਾਲ ਗੱਲ ਕੀਤੀ ਹੈ? ਹਾਂਜੀ, ਕੀਤੀ ਹੈ। ਉਹ ਕੀ ਕਹਿੰਦੇ? ਉਹ ਕਹਿੰਦੇ ਵੀ ਹਜੇ 15 ਦਿਨਾਂ ਤੱਕ ਵੀ ਮੈਂ ਦੇਖਾਂਗਾ ਵੀ ਟੈਂਡਰ ਤੁਹਾਡਾ ਪਾਸ ਨਹੀਂ ਹੈਗਾ ਇੱਧਰ ਦਾ, ਇਸ ਗਲੀ ਦਾ। ਹਾਂਜੀ, ਇਹ ਉਹਨਾਂ ਦੇ ਏਰੀਆ 'ਚ ਨਹੀਂ ਆਉਂਦੀ? ਨਹੀਂ, ਉਹਨਾਂ ਦੇ ਏਰੀਆ 'ਚ ਨਹੀਂ ਆਉਂਦੀ। ਇਹਨਾਂ ਨੇ ਉਹਨਾਂ ਨੇ ਕਿਹਾ ਹੈਗਾ ਵੀ ਏਰੀਆ 'ਚ ਨਹੀਂ ਆਉਂਦੀ। ਮੰਗ ਕਰਦੇ ਹਾਂ ਅਸੀਂ, ਕਿਸੇ ਤੋਂ ਮੰਗ ਨਹੀਂ ਕਰਦੇ, ਜਦ ਸਾਡਾ MC ਹਰੀਸ਼ ਆ, ਅਸੀਂ ਹਰੀਸ਼ ਨੂੰ MC ਮੰਨਦੇ ਹਾਂ, ਸਾਡੀ ਮੰਗ ਹਰੀਸ਼ ਤਾਂ ਹੀ ਹੋਈ ਹੈ। ਮਤਲਬ ਕਿ ਤੁਹਾਡਾ MC ਹਰੀਸ਼ ਹੀ ਹੈ? ਹਾਂਜੀ, ਸਾਡਾ ਤਾਂ MC ਹਰੀਸ਼ ਹੀ ਹੈ। ਤੇ ਤੁਹਾਨੂੰ ਉਹਨਾਂ ਅੱਗੇ ਗੁਹਾਰ ਲਾਈ ਹੈ ਇਸ ਚੀਜ਼ ਦੀ? ਹਾਂਜੀ। ਉਹ ਕੀ ਕਹਿੰਦੇ? ਉਹ ਕਹਿੰਦੇ ਵੀ ਉਹਨਾਂ ਦੇ ਘਰ ਵਾਲੇ ਮਿਲੇ ਸੀ, ਉਹ ਕਹਿੰਦੇ ਵੀ ਸਵੇਰੇ 7:30 ਵਜੇ ਆ ਕੇ ਤੁਸੀਂ ਗੱਲ ਕਰਨਾ। ਮਤਲਬ ਕਿ ਹਜੇ ਵੀ ਉਹ ਤੁਹਾਨੂੰ ਆਸ਼ਵਾਸਨ ਹੀ ਦੇ ਰਹੇ ਹਨ? ਹਾਂਜੀ, ਸਾਨੂੰ ਵੀ ਮਤਲਬ ਕਿ ਅਸੀਂ ਤਾਂ ਹੁਣੇ ਮੰਨਦੇ ਆ ਕਿ ਸਾਨੂੰ ਤਲਾਸਾ ਹੀ ਦਿਆ ਜਾ ਰਿਹਾ, ਜਦ ਇੰਨੇ ਦਿਨਾਂ ਤੋਂ ਸਾਨੂੰ ਤਲਾਸਾ ਹੀ ਦਿਆ ਜਾ ਰਿਹਾ, ਤਾਂ ਅਸੀਂ ਇਹ ਗੱਲ ਮੰਨਦੇ ਆ ਕਿ ਹੁਣ ਵੀ ਸਾਨੂੰ ਤਲਾਸਾ ਹੀ ਹੈ, ਜਾਂ ਸਾਡੀ ਇਹ ਲਾਈਨ ਉਹ ਜੋੜ ਗਏ, ਕਿਉਂ ਜੋੜ ਗਏ? ਗਲੀ ਛੱਡ ਗਏ, ਗੱਲੀ ਸਪੈਸ਼ਲ ਤੁਹਾਡੀ ਗਲੀ ਹੀ ਛੱਡੀ ਗਈ? ਹਾਂਜੀ, ਗਲੀ ਛੱਡੀ, ਸਮਝ ਗਏ, ਇਹ ਹੀ ਟੋਟਾ ਛੱਡਿਆ ਬਸ ਸਾਡਾ। ਜੇ ਇਹਨਾਂ ਨੂੰ ਇਦਾਂ ਲੱਗਦਾ ਵੀ ਸਾਡਾ ਏਰੀਆ ਨੀਮ ਆ, ਸਾਡੇ ਮਕਾਨ ਨੀਵੇਂ ਚ ਨੇ, ਸਾਤੋਂ ਕੋਈ ਵੀ ਸਾਈਨ ਕਰਾ ਲਓ, ਅਸੀਂ ਸਾਈਨ ਕਰਕੇ ਦੇਣ ਨੂੰ ਤਿਆਰ ਆ। ਜੇ ਸਾਡੇ ਘਰ ਨੀਵੇਂ ਹੁੰਦੇ ਨੇ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ, ਉਹਨਾਂ ਨੂੰ ਸੀਵਰ ਦੇਣ ਚ ਸਾਨੂੰ ਕੀ ਪ੍ਰੋਬਲਮ ਹੈ? ਸਾਨੂੰ ਇਹ ਗੱਲ ਦਾ ਜਵਾਬ ਦਿਓ ਵੀ ਸਾਨੂੰ ਉਹਨਾਂ ਨੂੰ ਪ੍ਰੋਬਲਮ ਕੀ ਹੈ, ਜਦ ਸਾਨੂੰ ਪ੍ਰੋਬਲਮ ਨਹੀਂ। ਸੀਵਰੇਜ, ਇੱਕ ਮਿੰਟ, ਇੱਕ ਦਿਨ ਮੈਂ ਗਿਆ ਸੀ ਆਪਣੇ ਸਾਰੇ ਬੰਦੇ ਲੈ ਕੇ ਆਏ ਆਪਣੀ ਕੋਲ, ਠੀਕ ਹੈ ਜੀ। ਮੈਂ ਪਹੁੰਚਿਆ ਹਰੀਸ਼ ਪ੍ਰਧਾਨ ਕੋਲ, ਸਾਰੇ ਕੋਈ ਸੀ, ਕਹਿੰਦੇ ਇੰਨਾ ਟੋਟਾ ਨਹੀਂ ਬਚੇਗਾ ਬਿਨਾ ਸੀਵਰੇਜ ਦਾ, ਨਾ ਹੀ ਬਿਨਾ ਉਸਕਾ, ਤੁਸੀਂ ਬੇਫਿਕਰ ਰਹੋ, ਆਪਣੇ ਘਰ ਜਾਓ, ਠੀਕ ਹੈ ਜੀ। ਅਸੀਂ ਆਪਣੇ ਘਰ ਆ ਗਏ, ਕਹਿੰਦਾ ਜੇ ਨਹੀਂ ਪੈਂਦੇ ਮੇਰੇ ਘਰ 'ਚ ਰਹੇ ਆ ਕੇ। ਹੁਣ ਇਹ ਕਿਆ ਗੱਲ ਹੋ ਰਹੀ ਹੈ? ਇਹ ਮੈਨੂੰ ਖਾਲੀ ਉਹ ਚਾਹੀਦਾ ਬਸ, ਆਪਾਂ ਜ਼ਿਆਦਾ ਗੱਲ ਨਹੀਂ ਕਰਦੇ, ਬਾਕੀ ਗੱਲ ਮੁੱਕੀ। ਵੀਰ ਜੀ, 3 ਕਰੋੜ ਰੁਪਏ ਦਾ ਟੈਂਡਰ ਹੈ, ਠੀਕ ਹੈ, ਕਾਹਦੇ ਵਾਸਤੇ ਪਾਸ ਹੋਇਆ? ਇਹਨਾਂ ਨੀਵੀਆਂ ਕਲੋਨੀਆਂ ਵਾਸਤੇ। ਇਹੀ ਲੋਕ ਪਰੇਸ਼ਾਨ ਨੇ, ਇਹਨਾਂ ਨੂੰ ਕਹੀ ਜਾ ਰਿਹਾ ਕਿ ਇੱਥੇ ਸੀਵਰ ਨਹੀਂ ਪਏਗਾ, ਦੱਸੋ ਜੀ ਕਿਉਂ? ਫਿਰ 3 ਕਰੋੜ ਰੁਪਇਆ ਲੱਗ ਕਿੱਥੇ ਰਿਹਾ? ਜੇ 3.5 ਲੱਗੇਗਾ ਫਿਰ ਕਿੱਥੇ ਲੱਗੇਗਾ? ਅਸੀਂ ਲੋਕ ਪਰੇਸ਼ਾਨ ਆ। ਆਹ ਦੇਖੋ ਸਾਡੇ ਘਰਾਂ ਦੇ ਅੱਗੇ ਪਾਣੀ ਚੱਲ ਰਿਹਾ ਸ਼ਰਿਆਮ ਸੀਵਰ ਦਾ, ਬਿਮਾਰੀਆਂ ਫੈਲ ਰਹੀਆਂ, ਜਵਾਕ ਬਿਮਾਰ ਨੇ ਜੀ।
ਸਾਨੂੰ ਇਹ ਜਵਾਬ ਦਿੱਤਾ ਜਾਵੇ ਉਹ 3 ਕਰੋੜ ਰੁਪਇਆ ਕਿੱਥੇ ਲੱਗ ਰਿਹਾ, ਕਿਸ ਖਾਤੇ 'ਚ ਜਾ ਰਿਹਾ? ਜਿੱਥੇ ਸੀਵਰੇਜ ਹੈ, ਜਿੱਥੇ ਸੀਵਰੇਜ ਉੱਥੇ ਦੁਬਾਰਾ ਪਾਇਆ ਜਾ ਰਿਹਾ, ਜਿੱਥੇ ਕੁਛ ਵੀ ਨਹੀਂ ਹੈ ਉੱਥੇ ਕੁਛ ਵੀ ਨਹੀਂ ਹੈ। ਆਪਾਂ ਤਾਂ ਇਹ ਚਾਹੁੰਦੇ ਹਾਂ ਕੁਛ ਤਾਂ ਕਰੋ, ਪਾਣੀ ਕਰੋ, ਸੀਵਰੇਜ ਜਿਹੜਾ ਅਸੀਂ ਕੁਛ ਤਾਂ ਜਿੱਥੇ ਪਾਣੀ ਦੀ ਲਾਈਨ ਨਹੀਂ ਹੈਗੀ ਉੱਥੇ ਪਾਣੀ ਵੀ ਨਹੀਂ ਹੈਗਾ, ਸਾਨੂੰ ਤਾਂ ਪਾਣੀ ਵੀ ਨਹੀਂ ਮਿਲਿਆ, ਅਸੀਂ ਟੋਇਆਂ 'ਚੋਂ ਪਾਣੀ ਕੱਢ ਰਹੇ ਹਾਂ, ਅਸੀਂ ਟੋਇਆਂ 'ਚੋਂ ਪਾਣੀ ਵੀ ਕੱਢ ਰਹੇ ਹਾਂ, ਉਹਨਾਂ ਨੇ ਉਲਟਾ ਸਾਡੇ ਵੱਲ ਨੂੰ ਹੀ ਫੇਰ ਕਨੈਕਸ਼ਨ ਜੋੜਤਾ ਕਿ ਇੱਧਰ ਐਵੇਂ ਹੀ ਅਸੀਂ ਮਰਦੇ ਰਹੀਏ। ਤੁਸੀਂ ਦੇਖੇ ਹੀ ਆ ਹੁਣ ਕਿਸ ਤਰ੍ਹਾਂ ਕਿ ਆਮ ਜਨਤਾ ਬਹੁਤ ਜ਼ਿਆਦਾ ਪਰੇਸ਼ਾਨ ਹੋਈ ਵੀ ਹੈ, ਅਤੇ ਅਸੀਂ ਅੱਜ ਐਮ ਸੀ ਸਾਹਿਬ ਨਾਲ ਵੀ ਇਸ ਚੀਜ਼ ਬਾਰੇ ਵਾਰਤਾਲਾਪ ਕਰਾਂਗੇ ਵੀ ਇਸ ਮੁੱਦੇ ਲਈ ਉਹ ਕੀ ਕਰਨਗੇ, ਜਿਸ ਹਿਸਾਬ ਸਿਰ ਉਹਨਾਂ ਨੂੰ ਫੰਡ ਅਪਲਾਈ ਹੋਇਆ ਇਸ ਕਲੋਨੀ ਵਾਸਤੇ, ਅਤੇ ਉਹ ਇਸ ਕਲੋਨੀ ਪਾ ਕਿਉਂ ਨਹੀਂ ਲਾ ਰਹੇ, ਅਤੇ ਉੱਥੇ ਕਿ ਲੋਕਾਂ ਨੂੰ ਇਸ ਚੀਜ਼ ਦਾ ਆਸਵਾਸਨ ਹੀ ਦਿਆ ਜਾ ਰਿਹਾ ਹੈ 15 ਦਿਨਾਂ ਤੋਂ ਵੀ ਇਹਨਾਂ ਦੇ ਸੀਵਰੇਜ ਪੈ ਜਾਣਗੇ, ਪਾਣੀ ਦੇ ਕਨੈਕਸ਼ਨ ਹੋ ਜਾਣਗੇ, ਬਟ ਇਹਨਾਂ ਨੂੰ ਐਸਾ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ। ਸੋ ਅਸੀਂ ਪ੍ਰਸ਼ਾਸਨ ਤੋਂ ਇਹ ਜਾਣਨਾ ਚਾਹੁੰਦੇ ਇਹ ਕਦੋਂ ਕਿਸ ਟਾਈਮ ਤੱਕ ਚੱਲੇਗਾ ਇਹ ਚੀਜ਼, ਅਤੇ ਬਾਕੀ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਵੀ ਇਸ ਗਲੀ ਦਾ ਕਿਸ ਹਾਲ, ਕਿਸ ਤਰੀਕੇ ਦਾ ਹਾਲ ਹੋਇਆ ਵਾ। ਸੜਕ ਤੋਂ ਕਿੰਨਾ ਉੱਚਾ ਸੀਵਰੇਜ ਹੈ, ਅੱਗੇ ਹੋ ਕੇ ਦਿਖਾ ਦਿਓ ਬਸ, ਕਲਿੱਪ ਰੋਕ ਲਿਓ ਵੀਡੀਓ ਤੋਂ ਬਾਅਦ ਨਾ, ਕਲਿੱਪ ਰੋਕ ਲਿਓ। ਅਤੇ ਅੱਜ ਇਸ ਤੋਂ ਬਾਅਦ ਵੀ ਤੁਸੀਂ ਦੇਖਿਆ ਕਿ ਲੋਕਾਂ ਵਿੱਚ ਇੰਨਾ ਆਕਰੋਸ਼ ਸੀਗਾ ਸੀ, ਉਹਨਾਂ ਨੇ ਸਰਕਾਰ ਦੇ ਖਿਲਾਫ਼ ਵੀ ਧਰਨਾ ਦੇ ਛੱਡਿਆ। ਕਰੋ ਕਰੋ ਜੀ।